ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੇ ਇਸ ਮੁੱਦੇ 'ਤੇ ਕਿ ਸਮਾਰਟਫੋਨ ਦੀ ਜਿਹੜੀ ਪੋਲਿਟਿਕਸ ਹੈ ਹੁਣ ਕੈਪਟਨ ਸਰਕਾਰ ਤੋਂ ਕਿਹੜੇ ਕਿਹੜੇ ਫੈਸਲੇ ਕਰਵਾਉਣ 'ਤੇ ਮਜਬੂਰ ਹੈ, ਔਰ ਪੰਜਾਬ ਦੀ ਜਿਹੜੀ ਸਰਕਾਰ ਹੈ ਸਰਕਾਰੀ ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਵੀ ਸਮਾਰਟਫੋਨ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਰਹੀ ਹੈ। ਇਸ ਨੂੰ ਲੈ ਕੇ ਸਿਆਸਤ ਤਾਂ ਹੋਣੀ ਤੈਅ ਹੈ। ਤੁਸੀਂ ਮੰਨ ਸਕਦੇ ਹੋ ਕਿ ਜਦੋਂ ਕੋਈ ਵੀ ਜਿਹੜੀ ਪਾਰਟੀ ਹੁੰਦੀ ਹੈ ਪਾਵਰ 'ਚ, ਜਿਹੜੇ ਓਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ, ਉਹ ਵੀ ਇਹਦੇ 'ਤੇ ਪ੍ਰਤੀਕਰਮ ਤਾਂ ਦਿੰਦੀਆਂ ਨੇ, ਔਰ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਇਹਦੇ 'ਤੇ ਸਿਆਸੀ ਪ੍ਰਤੀਕਰਮ ਕੀ ਨੇ। ਅਤੇ ਹੁਣ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਤੋਂ ਪਹਿਲਾਂ ਜਦੋਂ ਇੰਡੀਆ ਦੇ ਵਿੱਚ ਰਾਤ ਦਾ ਟਾਈਮ ਸੀ, ਉਸ ਤੋਂ ਬਾਅਦ ਤਾਂ ਮੈਂ ਤਿੰਨਾਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਫੋਨ 'ਤੇ ਗੱਲ ਕੀਤੀ। ਤੁਹਾਨੂੰ ਪਤਾ ਕਾਂਗਰਸ ਦੇ ਇੱਕ ਲੀਡਰ ਨੇ, ਸੀਨੀਅਰ ਲੀਡਰ ਨੇ ਇਹ ਗੱਲ ਕਹੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ 2,000 ਕਰੋੜ ਰੁਪਏ ਕਿੱਥੋਂ ਲਿਆਓਗੇ, ਅਤੇ ਉਹਨਾਂ ਨੇ ਕਿਹਾ ਜੀ ਜਦੋਂ ਅਸੀਂ ਵਾਅਦੇ ਪੂਰੇ ਨਹੀਂ ਕਰਦੇ ਤਾਂ ਸਾਰੀ ਦੁਨੀਆ ਸਾਡੇ ਸਾਹਮਣੇ ਲਿਸਟ ਲੈ ਕੇ ਬਹਿ ਜਾਂਦੀ ਹੈ, ਹੁਣ ਅਸੀਂ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਅਤੇ ਹੁਣ ਕੀ ਤਕਲੀਫ ਹੈ। ਲੇਕਿਨ 2,000 ਕਰੋੜ ਰੁਪਏ ਦਾ ਇੰਤਜ਼ਾਮ ਪੰਜਾਬ ਸਰਕਾਰ ਕਿੱਦਾਂ ਕਰੇਗੀ, ਇਹਦਾ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈ। ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ, ਇਹਨਾਂ ਨੂੰ ਮੈਂ ਫੋਨ 'ਤੇ ਗੱਲ ਕੀਤੀ, ਇਹਨਾਂ ਦਾ ਪ੍ਰਤੀਕਰਮ ਜਾਣਨਾ ਚਾਹੇ ਜੀ ਕੈਪਟਨ ਸਰਕਾਰ ਸਮਾਰਟਫੋਨ ਦੇ ਰਹੀ, ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਦਾ ਇੱਕ ਜਵਾਬ ਸੀ ਕਿ ਇਟਸ ਅ ਪੋਲੀਟੀਕਲ ਗਿਮਿਕਰੀ, ਇਹ ਮਜ਼ਾਕ ਹੋ ਰਿਹਾ, ਕੁਝ ਮਜ਼ਾਕ ਹੋ ਰਿਹਾ ਸਰਕਾਰੀ ਖਜ਼ਾਨੇ ਦੇ ਨਾਲ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਇਹ ਹੁਣ ਪੰਜਾਬ ਦੀ ਸਰਕਾਰ ਜਿਹੜੀ ਇਹ ਕਰ ਰਹੀ ਹੈ, ਮਜ਼ਾਕ ਕਰ ਰਹੀ ਹੈ, ਇਸ ਤਰ੍ਹਾਂ ਦਾ ਕੰਮ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜ਼ਾਹਿਰ ਜੀ ਗੱਲ ਹੈ ਓਪੋਜੀਸ਼ਨ ਪਾਰਟੀ ਦੇ ਬੰਦੇ ਨੇ, ਓਪੋਜੀਸ਼ਨ ਪਾਰਟੀ ਦੇ ਲੀਡਰ ਨੇ, ਉਹ ਸਰਕਾਰ ਦੇ ਇਸ ਫੈਸਲੇ 'ਤੇ ਸਵਾਲ ਚੁੱਕਣਗੇ। ਔਰ ਸੁਖਬੀਰ ਬਾਦਲ ਜਿਹੜੇ, ਉਹਨਾਂ ਦਾ ਬਿਆਨ ਤਾਂ ਮੀਡੀਆ ਦੇ ਵਿੱਚ ਆਇਆ ਹੀ ਹੈ ਸਮਾਰਟਫੋਨ ਨੂੰ ਲੈ ਕੇ, ਉਹਨਾਂ ਨੇ ਸਵਾਲ ਲੈ ਚੁੱਕਿਆ। ਉਹਨਾਂ ਨੇ ਕਿਹਾ ਕਿ ਜਿਸ ਸਪੀਡ ਦੇ ਨਾਲ ਔਰ ਜਿਸ ਤਰ੍ਹਾਂ ਪੰਜਾਬ ਦੀ ਸਰਕਾਰ ਨੌਜਵਾਨਾਂ ਨੂੰ ਸਮਾਰਟਫੋਨ ਦੇ ਰਹੀ ਹੈ ਔਰ ਜਿਸ ਤਰ੍ਹਾਂ ਦੇ ਰਹੀ ਹੈ, ਉਸ ਹਿਸਾਬ ਨਾਲ ਤਾਂ ਇੱਕ ਪਿੰਡ ਨੂੰ ਇੱਕ ਸਮਾਰਟਫੋਨ ਹੀ ਮਿਲੇਗਾ। ਅਤੇ ਜ਼ਾਹਿਰ ਜੀ ਗੱਲ ਹੈ ਕਿ ਸਿਆਸੀ ਪਾਰਟੀਆਂ ਕਿੱਦਾਂ ਇਸ 'ਤੇ ਆਪਣਾ ਪ੍ਰਤੀਕਰਮ ਕਰ ਰਹੀਆਂ ਨੇ, ਸਾਡੇ ਦਰਸ਼ਕ ਇਸ 'ਤੇ ਆਪਣੀ ਰਾਏ ਸਾਡੇ ਨਾਲ ਸਾਂਝਾ ਕਰ ਰਹੇ ਨੇ। ਹੈਲੋ 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 ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਸੀ, ਕਿੱਥੋਂ ਬੋਲ ਰਹੇ ਜੀ, ਕੀ ਸ਼ੁਭ ਨਾਮ ਜੀ? ਮੇਰਾ ਨਾਮ ਧਾਲੀਵਾਲ ਹੈ, ਮੈਂ ਸ਼ਹਿਨੂਰ ਦੇ ਤੋਂ ਬੋਲ ਰਿਹਾ। ਪਹਿਲੋਂ ਮੈਂ ਬੇਨਤੀ ਕਰਨੀ ਹੈ ਤੁਹਾਨੂੰ ਜੀ ਕਿ ਤੁਸੀਂ ਇੰਟਰੋਡਕਟਰੀ ਕਮੈਂਟ ਤੋਂ ਬਾਅਦ ਜੀ, ਯੂ ਆਰ ਨਾਟ ਸਪੋਜ਼ ਟੂ ਐਕਸਪਲੇਨ ਆਫਟਰ ਐਵਰੀ ਬ੍ਰੇਕ, ਯੂ ਹੈਵ ਟੇਕਨ ਅਬਾਊਟ 45 ਮਿੰਟਸ ਜੀ ਜੀ, ਯੂ ਹੈਵ ਗਿਵਨ 15 ਮਿੰਟਸ ਟੂ ਦੀ ਕਾਲਰ। ਨਹੀਂ ਨਹੀਂ, ਕਾਲਰ ਜਿਸ ਹਿਸਾਬ ਨਾਲ ਆ ਰਹੇ ਨੇ ਜੀ ਵਿੱਚੋਂ ਕਾਲਰ, ਤੁਸੀਂ ਕੋਈ ਨਹੀਂ ਜੀ, ਤੁਸੀਂ ਤੁਸੀਂ ਜੋ ਕਹਿਣਾ ਚਾਹੋਗੇ, ਕੋਈ ਨਹੀਂ, ਤੁਸੀਂ ਜੋ ਕਹਿਣਾ ਚਾਹ ਰਹੇ ਹੋ, ਤੁਸੀਂ ਜੋ ਕਹਿਣਾ ਚਾਹੋ ਦੱਸੋ ਜੀ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਗਵਰਨਮੈਂਟਾਂ ਜਿਹੜੀਆਂ ਹੈਗੀਆਂ, ਇਹ ਸਾਨੂੰ ਸਾਰਿਆਂ ਨੂੰ ਬੇਵਕੂਫ ਸਮਝਦੀਆਂ ਜੀ। ਦੇਖੋ, ਕਿਸੇ ਦੇ ਘਰ ਕੈਪਟਨ, ਜਿੰਨੇ ਸੁਸਾਈਡ ਵਾਲੇ ਕੇਸ ਆ, ਜਿੰਨੇ ਡਰੱਗ ਦਾ ਮੁੰਡੇ ਮਰੇ ਆ, ਕੋਈ ਕਾਂਗਰਸ ਦਾ MLA MP ਆਪਣਾ ਚੀਫ ਮਿਨਿਸਟਰ ਗਿਆ, ਅੱਜ ਵੀ ਸਾਡਾ ਇੱਕ ਮੁੰਡਾ ਬਾਰਡਰ ਤੇ ਸ਼ਹੀਦ ਹੋਇਆ, ਇਹ ਗਿਆ ਉੱਥੇ, ਇਹਨੇ 84 ਲੱਖ ਰੁਪਇਆ ਦੇ ਕੇ ਰੱਖ ਦਿੱਤਾ ਭੱਠਣ ਨੂੰ, ਉਹਨੇ ਆਪ ਹਾਰ ਗਈ ਸੀ, ਉਹਨੇ ਕੋਠੀ ਖਾਲੀ ਨਹੀਂ ਕੀਤੀ, ਕੀ ਕੰਮ ਸੀ, ਸਾਡਾ ਟੈਕਸ ਪੇਅਰ ਦਾ ਮਨੀ ਇਹਨੇ ਚੱਕ ਕੇ ਉਹਨੂੰ ਫੜਾ ਦਿੱਤਾ। ਕਿਸੇ ਸਕੂਲ 'ਚ ਟੀਚਰ ਹੈ ਨਹੀਂ, ਸਾਰੀਆਂ ਬਿਲਡਿੰਗਾਂ ਟੁੱਟੀਆਂ, ਕਿਸੇ 'ਚ ਫਰਨੀਚਰ ਹੈ ਨਹੀਂ, ਹਸਪਤਾਲਾਂ 'ਚ ਡਾਕਟਰ ਹੈ ਨਹੀਂ, ਭੈਣਾਂ ਸਾਡੀਆਂ ਜਾਂ ਧੀਆਂ ਸਾਡੀਆਂ ਸੜਕਾਂ 'ਤੇ ਬੈਠੀਆਂ ਤਨਖਾਹਾਂ ਲਈ, ਸਮਾਰਟ ਫੋਨ ਕੀ ਕਹਿੰਦੇ ਆ, ਰੁਜ਼ਗਾਰ ਉੱਥੇ ਕੋਈ ਹੈ ਨਹੀਂ। ਮੈਂ ਇੱਥੋਂ ਜਾ ਕੇ ਆਇਆ, ਮੈਂ ਆਈ ਲਿਵ ਇਨ ਸੈਨ ਹੋਜ਼ੇ, ਮੈਂ ਆਪਣੇ ਬੱਚੇ ਦੇ ਨਾਂ 'ਤੇ ਆਪਣੀ ਪ੍ਰਾਪਰਟੀ ਟ੍ਰਾਂਸਫਰ ਕਰਨੀ ਸੀ, ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਤੱਕ ਸਾਰੇ ਕਰਪਟ, ਕੋਈ ਪੈਸੇ ਤੋਂ ਬਗੈਰ ਉੱਥੇ ਕੰਮ ਨਹੀਂ ਕਰਦਾ, ਉਹ ਪੁਲਿਸ ਉੱਥੇ ਕਰਪਟ ਪੂਰੀ ਦੀ ਪੂਰੀ। ਤੁਹਾਡੇ ਸਾਹਮਣੇ ਹੁਣ AIG ਵਾਲਾ ਕੇਸ ਤੁਸੀਂ ਦੇਖ ਲਿਆ, ਉੱਪਰ ਵਾਲਾ, ਇੱਕ ਬੇਟੀ ਆ ਉਹ ਲਾ ਕਰ ਰਹੀ ਆ, ਉਹ 25-26 ਸਾਲ ਦੀ, ਇੱਕ ਬੰਨੇ ਉਹਨੂੰ ਬੇਟੀ ਕਹਿੰਦਾ, ਇੱਕ ਬੰਨੇ ਉਹਨੂੰ ਫੋਰਸ ਕਰਕੇ ਰੇਪ ਕਰ ਰਿਹਾ, ਪੁਲਿਸ ਪੋਲੀਟੀਸਾਈਜ਼ਡ ਹੈ, ਔਰ ਜਿਹੜਾ DGP ਉਹ ਕਹਿੰਦਾ ਜੇ ਕੋਈ ਐਕਸ਼ਨ ਲਵਾਂਗੇ ਤੇ ਇਹਨਾਂ ਦਾ ਮੋਰਲ ਬੂਸਟ ਨਹੀਂ ਰਹੂਗਾ, ਡਾਊਨ ਹੋ ਜਾਊਗਾ ਪੁਲਿਸ ਦਾ। ਵਟ ਦੀ ਹੈਲ ਇਜ਼ ਗੋਇੰਗ ਆਨ? ਦੂਜੀ ਗੱਲ, ਜਦੋਂ ਤੁਸੀਂ ਕੰਡਕਟ ਕਰਦੇ ਹੋ, ਠੀਕ ਹੈ ਜੀ ਥੈਂਕ ਯੂ ਜੀ ਸ਼ੁਕਰੀਆ।
ਤੇ ਇਹ ਸਾਡੇ ਦਰਸ਼ਕ ਸੀ ਜੀ ਜੋ ਸਾਡੇ ਨਾਲ ਜ਼ਿਕਰ ਕਰ ਰਹੇ ਸੀ, ਜ਼ਾਹਿਰ ਕਰ ਰਹੇ ਸੀ ਔਰ ਆਪਣਾ ਦਰਦ ਜ਼ਾਹਿਰ ਕਰ ਰਹੇ ਸੀ ਕਿ ਜਿਸ ਤਰ੍ਹਾਂ NRIs ਦੇ ਨਾਲ ਉੱਥੇ ਜੋ ਟ੍ਰੀਟਮੈਂਟ ਹੁੰਦਾ ਉਸ 'ਤੇ ਉਹਨਾਂ ਨੇ ਸਵਾਲ ਚੁੱਕੇ ਉਸ NRI ਬਰਾਦਰੀ ਨਾਲ, ਜਿਸ ਦੇ ਨਾਲ ਪੰਜਾਬ ਦੀ ਸਰਕਾਰ ਜਿਹਨੂੰ ਅਪਰੋਚ ਕਰਦੀ ਹੈ ਕਿ ਤੁਸੀਂ ਆ ਕੇ ਸਕੂਲਾਂ ਦੇ ਬੈਂਚ ਲਗਾ ਦਿਓ ਔਰ ਆ ਕੇ ਇਮਾਰਤਾਂ ਨੂੰ ਟੇਕ ਓਵਰ ਕਰੋ। ਅਸੀਂ ਸਵਾਲ ਅਜਿਹਾ ਚੁੱਕਿਆ ਕਿ ਜੇ ਪੰਜਾਬ ਦੀ ਸਿਆਸਤ ਹੈ, ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਦੀ ਪ੍ਰਾਇਓਰਿਟੀਜ਼ ਕੀ ਹੋਣੀਆਂ ਚਾਹੀਦੀਆਂ ਔਰ ਅੱਜ ਦੀ ਡੇਟ 'ਚ ਐਕਚੁਅਲੀ ਹੋ ਕੀ ਰਿਹਾ। ਤੁਸੀਂ ਇਹਦੇ 'ਤੇ ਸਾਡੇ ਨਾਲ ਗੱਲ ਕੀਤੀ, ਆਪਣੀ ਜੋ ਸੋਚ ਸੀ ਉਹ ਸਾਡੇ ਨਾਲ ਸਾਂਝੀ ਕੀਤੀ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਨੀਚੇ ਲਿਖੇ info@justbroadcasting.com 'ਤੇ ਤੁਸੀਂ ਕਰਕੇ ਸਾਨੂੰ ਆਪਣਾ ਜੋ ਕੋਈ ਵੀ ਆਪਣਾ ਸੁਝਾਅ ਦੇ ਸਕਦੇ ਹੋ ਔਰ ਇਸ ਪ੍ਰੋਗਰਾਮ ਦਾ ਫੀਡਬੈਕ ਦੇ ਸਕਦੇ ਹੋ। ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਸਬਜੈਕਟ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।